ਸਤਿ ਸ਼੍ਰੀ ਅਕਾਲ ਜੀ, ਫਿਰ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੇਂ ਬਲੌਗ ਦੇ ਵਿੱਚ। ਅੱਜ ਦਾ ਮੌਸਮ ਬਹੁਤ ਸੁਹਾਣਾ ਸੀ, ਧੁੰਦ ਪਈ ਸੀ ਅਤੇ ਨਾਲ ਠੰਡ ਸੀ, ਅਤੇ ਠੰਡ 'ਚ ਨਜ਼ਾਰੇ ਲੈਣ ਵਾਸਤੇ ਆਪਾਂ ਨਾਸ਼ਤਾ 'ਚ ਆਲੂ ਵਾਲੇ ਪਰੌਂਠੇ ਖਾ ਲਏ, ਪਰੌਂਠਿਆਂ ਨਾਲ ਦਹੀਂ, ਅਤੇ ਉਦੋਂ ਬਾਅਦ ਚੱਕੀ ਗੱਡੀ ਆਪਾਂ ਤੁਰ ਪਏ। ਤੁਹਾਨੂੰ ਪਤਾ ਹੀ ਹੁਣ ਆਪਣੇ 88 ਫੋਲੋਅਰ ਹੋ ਗਏ, ਯੂ ਨੋ ਇੰਡੀਆ 'ਚ ਜਿਹੜੇ ਬਲੌਗਰ ਸੀ ਉਹਨਾਂ ਨੂੰ ਜਾਣ ਦੀਆਂ ਧਮਕੀਆਂ ਮਿਲਦੀਆਂ ਰਹਿੰਦੀਆਂ, ਇਸ ਕਰਕੇ ਆਪਾਂ ਪਹੁੰਚ ਗਏ ਪੁਲਿਸ ਪ੍ਰੋਟੈਕਸ਼ਨ ਲੈਣ। ਉੱਥੇ ਪਤਾ ਨਹੀਂ ਕਿ ਉਹਨਾਂ ਨੇ ਕੁੱਤੇ ਖਾਣੀ ਕਰਕੇ ਮੈਨੂੰ ਬਾਹਰ ਕੱਢਤਾ। ਫਿਰ ਆਪਾਂ ਚੱਲ ਪਏ ਰੰਪਰੇ ਵੱਲ ਨੂੰ, ਰੰਪਰੇ ਜਾ ਕੇ ਦੇਖਦੇ ਹਾਂ ਆਪਾਂ ਜਿਹੜੀ ਟ੍ਰੈਫਿਕ ਦੀ ਸਮੱਸਿਆ ਹਜੇ ਬਰਕਰਾਰ ਹੈਗੀ। ਉਦੋਂ ਬਾਅਦ ਓ ਮਾਈ ਗੋਡ, ਕਿੱਥੇ ਆ ਗਏ ਸੂਟਾਂ ਦੀ ਦੁਕਾਨ 'ਤੇ ਆ ਗਏ, ਕਿਉਂਕਿ ਆਪਾਂ ਇੱਥੋਂ ਲੈਣੇ ਸੀ ਸੂਟ। ਕਹਿੰਦੇ ਕਹਾਵਤ ਜੀ ਸੁਣੀ ਹੋਈ ਹੈ ਕਿ ਕਹਿੰਦੇ ਹੁੰਦੇ ਬੁੜੀਆਂ ਨੂੰ ਸੂਟਾਂ ਦੀ ਦੁਕਾਨ ਤੋਂ ਅਤੇ ਮੱਝਾਂ ਨੂੰ ਸੱਪੜ 'ਚੋਂ ਕੱਢਣਾ ਬਹੁਤ ਹੀ ਜ਼ਿਆਦਾ ਔਖਾ। ਇਹਨਾਂ ਨੇ ਢੇਰ ਲਾ ਤੇ ਸੂਟਾਂ ਦੇ। ਉਦੋਂ ਬਾਅਦ ਪਾਪਾ ਪੀਤੀ ਚਾਹ, ਜਿਹੜੀ ਇਹ ਚਾਹ 6000 ਦੀ ਹੈ, ਕਿਉਂਕਿ ਆਪਣਾ ਬਿੱਲ ਬਣਿਆ ਸੀ ਵੀਰੇ 6000 ਰੁਪਏ ਦਾ। ਉਦੋਂ ਬਾਅਦ ਜੇਬ ਜੂਬ ਹੌਲੀ ਕਰਾ ਕੇ, ਆਪਣਾ BP ਵਧਾ ਕੇ ਆਪਾਂ ਤੁਰ ਪਏ ਘਰਾਂ ਵੱਲ ਨੂੰ। ਘਰ ਜਾ ਕੇ ਬਹੁਤ ਹੀ ਸੁੰਦਰ ਨਜ਼ਾਰਾ ਦਿਖਦਾ, ਆਪਣੇ ਕੋਲ ਦੀ ਨਗਰ ਕੀਰਤਨ ਜਾ ਰਿਹਾ ਸੀ, ਆਪਾਂ ਉੱਥੇ ਮੱਥਾ ਟੇਕਿਆ, ਤੁਹਾਡੇ ਸਾਰਿਆਂ ਲਈ ਅਰਦਾਸ ਕਰਕੇ ਘਰ ਆ